ਦੋਸਤੋ, ਪੰਜਾਬੀ ਟੇਸ਼ਨ ਨਾਲ ਤੁਸੀਂ ਜੁੜੇ ਹੋ ਅਤੇ ਮੈਂ ਜੱਸੀ ਬੜੈਚ। ਇੱਦਾਂ ਹੁੰਦਾ ਨਾ, ਅਸੀਂ ਅਰਦਾਸ ਅਸੀਂ ਕਰਦੇ ਹਾਂ, ਅਰਦਾਸ ਅਸੀਂ ਬੇਸ਼ੱਕ ਆਪਣੇ ਤੋਂ ਸ਼ੁਰੂ ਕਰਦੇ ਹਾਂ, ਪਰ ਅਸੀਂ ਅਖੀਰ ਦੇ ਵਿੱਚ ਅਸੀਂ ਕੀ ਕਹਿਣਾ ਹੁੰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਤੇ ਤੁਸੀਂ ਮੇਰਾ ਇਸ਼ਾਰਾ ਸਮਝ ਕੇ ਹੋਵੋਗੇ ਕਿ ਅਸੀਂ ਅਰਦਾਸ ਸਰਬੱਤ ਦੇ ਭਲੇ ਲਈ ਮੌਜੂਦ ਹੋਇਆ। ਸਾਡੇ ਨਾਲ ਸ਼ੀਮਾ ਕੌਸ਼ਲ ਮੈਮ ਮੌਜੂਦ ਨੇ, ਗੁਰਪ੍ਰੀਤ ਭੰਗੂ ਮੈਮ ਮੌਜੂਦ ਨੇ। ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ, ਚੜ੍ਹਦੀ ਕਲਾ ਜੀ? ਬਿਲਕੁਲ। ਔਰ ਬੇਹੱਦ ਖੁਸ਼ੀ ਦੀ ਗੱਲ ਹੈ ਨਾ ਕਿ ਅਰਦਾਸ ਸਰਬੱਤ ਦੇ ਭਲੇ ਦੀ, ਔਰ ਤੁਸੀਂ ਅਰਦਾਸ ਤੋਂ ਲੈ ਕੇ ਇਸ ਸਫ਼ਰ ਦੇ ਨਾਲ ਜੁੜੇ ਹੋਏ ਹੋ। ਕਹਾਣੀ ਤਾਂ ਜ਼ਿੰਦਗੀ ਨਾਲ ਰਿਲੇਟਡ ਹੀ ਹੈ, ਜ਼ਿੰਦਗੀ ਹਿਊਮਨ ਬੀਇੰਗ ਨਾਲ ਰਿਲੇਟਡ ਹੈ। ਪਹਿਲੀ ਅਰਦਾਸ ਸੀ ਅੱਡ ਅੱਡ ਪਾਤਰਾਂ ਦੀ ਕਹਾਣੀ ਸੀ, ਅਤੇ ਜਿਹੜੀ ਨੈਕਸਟ ਆਈ ਸੀ ਉਹ ਵੀ ਸੀਗਾ ਵੀ ਕੋਈ ਬੰਦਾ ਕਿਵੇਂ ਸੋਚਦਾ, ਕੋਈ ਕਿਵੇਂ ਸੋਚਦਾ, ਕੋਈ ਕਿਵੇਂ ਸੋਚਦਾ, ਜਿਹਦੇ ਵਿੱਚ ਰਾਣਾ ਜੰਗ ਬਹਾਦਰ ਸੀ, ਸੋਹੀ ਭਾਜੀ ਸੀ। ਕਹਾਣੀ ਤਾਂ ਪਾਤਰਾਂ ਦੀ ਹੈ ਨਾ, ਦੁਨੀਆਂ ਦੀ ਕਹਾਣੀ ਹੈ, ਸਾਡੀ ਆਪਣੀ ਕਹਾਣੀ ਹੈ। ਅਤੇ ਅਰਦਾਸ ਸਰਬੱਤ ਦੇ ਭੱਲੇ ਦੀ ਇਹਦੇ 'ਚ ਵੀ ਇਹੀ ਹੈ, ਸਾਰੇ ਬੰਦਿਆਂ ਦੇ ਦੁੱਖ ਤਕਲੀਫ ਨੇ, ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਮੇਰਾ ਠੀਕ ਕਰ ਦੇ, ਉਦੋਂ ਸਾਨੂੰ ਇਹ ਹੋਣਾ ਚਾਹੀਦਾ ਕਿ ਸਰਬੱਤ ਦਾ ਭਲਾ ਹੋਵੇ ਜਿਹਦੇ ਵਿੱਚ ਮੈਂ ਵੀ ਸ਼ਾਮਿਲ ਹਾਂ। ਬਿਲਕੁਲ ਬਿਲਕੁਲ। ਇਹਦੇ ਵਿੱਚ ਨਾ ਬਹੁਤ ਚੀਜ਼ਾਂ ਮੈਂ ਵਿਖਾਈਆਂ ਹੋਈਆਂ ਨੇ, ਹੈ ਨਾ, ਸੁੱਖਾਂ ਦੀ ਗੱਲ ਵੀ ਕੀਤੀ ਗਈ ਆ, ਅਰਦਾਸਾਂ ਦੀ ਗੱਲ ਵੀ ਕੀਤੀ ਗਈ ਹੈਗੀ। ਮੈਂ ਕੱਲ੍ਹ ਰਾਣੀ ਸਾਹਿਬ ਨਾਲ ਗੱਲ ਕਰਦਾ ਸੀ, ਅਸੀਂ ਕਿੰਨੀ ਸਦੀਆਂ ਤੋਂ ਆਉਂਦਾ ਨਾ, ਅਸੀਂ ਦਾਤ ਮੰਗਦੇ ਹਾਂ ਵੀ ਮਹਾਰਾਜ ਪੁੱਤਰ ਦੀ ਦਾਤ ਬਖਸ਼ੀ, ਹੈ ਨਾ, ਇਹ ਸੁੱਖ ਸੁੱਖਦੇ ਹਾਂ। ਕਦੇ ਮਹਾਰਾਜ ਇਹ ਦਿਨ ਲਿਆਊਗਾ ਨਾ, ਕਹਾਂਗੇ ਯਾਰ ਧੀ ਦੀ ਦਾਤ ਬਖਸ਼ੀ, ਸਾਡੀ ਸੁੱਖ ਹੋਊਗੀ? ਮੈਂ ਖੁਦ ਮੰਗੀ ਆ, ਮੈਂ ਖੁਦ ਮੰਗੀ ਆ, ਕਿਉਂਕਿ ਮੇਰੇ ਪਹਿਲਾਂ ਆਪਣੀ ਬੇਟੀ ਨਹੀਂ ਹੈਗੀ, ਫਿਰ ਮੇਰੇ ਦੋ ਗ੍ਰੈਂਡਸਨ ਨੇ। ਲੱਗਦਾ ਹਰ ਘਰ ਦੇ ਵਿੱਚ ਇੱਕ ਧੀ ਹੋਣੀ ਚਾਹੀਦੀ ਹੈ, ਤੇ ਪਰ ਇਹ ਆਪਣੇ ਬਸ ਦੀ ਗੱਲ ਨਹੀਂ। ਤੇ ਮੈਨੂੰ ਇਹ ਲੱਗਦਾ ਸਗੋਂ ਜਿਹੜੇ ਘਰ ਚ ਧੀ ਨਹੀਂ, ਤੇ ਸ਼ਾਇਦ ਉਹਨੇ ਕੋਈ ਇੰਨਾ ਵਧੀਆ ਕਰਮ ਨਹੀਂ ਕਰਿਆ। ਬਹੁਤ ਸੋਹਣੀ ਗੱਲ ਹੈ, ਹਾਂ, ਕਿਉਂਕਿ ਧੀ ਹੋਣੀ ਬਹੁਤ ਜ਼ਰੂਰੀ ਹੈ। ਧੀ ਸਾਨੂੰ ਸਲੀਕਾ ਸਿਖਾਉਂਦੀ ਹੈ, ਸਾਨੂੰ ਰਹਿਣੀ ਬਹਿਣੀ ਸਿਖਾਉਂਦੀ ਹੈ। ਚਲੋ ਇਹ ਸਾਡੇ ਵੱਸ ਦੀ ਗੱਲ ਨਹੀਂ, ਪਰ ਮੈਨੂੰ ਲੱਗਦਾ ਕਿ ਹੁਣ ਤਾਂ ਲੋਕ ਅਰਦਾਸਾਂ ਕਰਦੇ ਨੇ ਧੀ ਦੀਆਂ, ਕਿਉਂਕਿ ਜਿੰਨਾ ਅਸੀਂ ਹਾਲ ਮਾੜਾ ਦੇਖ ਲਿਆ, ਧੀ ਹੋਵੇ ਪੁੱਤ ਹੋਵੇ, ਮੈਨੂੰ ਇਹ ਕਹਿੰਦੇ ਆ ਵੀ ਉਹ ਸੁਚੱਜੇ ਹੋਣੇ ਚਾਹੀਦੇ ਨੇ। ਆਪਾਂ ਇਹ ਨਹੀਂ ਕਹਿੰਦੇ ਵੀ ਅਸੀਂ ਮੁੰਡਿਆਂ ਨੂੰ ਨਫ਼ਰਤ ਕਰਦੇ ਹਾਂ ਜਾਂ ਅਸੀਂ ਕੁੜੀਆਂ ਨੂੰ ਨਫ਼ਰਤ ਕਰਦੇ ਹਾਂ, ਅਸੀਂ ਖੁਦ ਵੀ ਇੱਕ ਔਰਤ ਹੈ, ਤੇ ਸਾਨੂੰ ਇਹ ਲੱਗਦਾ ਕਿ ਕੋਈ ਵੀ ਇਨਸਾਨ ਮੁੰਡਾ ਕੁੜੀ ਕੀ ਵੱਡੀ ਏਜ ਦੇ ਵੀ ਸਾਨੂੰ ਸੁਚੱਜੇ ਹੋਣਾ ਚਾਹੀਦਾ। ਬਿਲਕੁਲ, ਹਾਂ ਇਹ ਲੱਗਦਾ। ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਅਸੀਂ ਤਾਂ ਖੁਦ ਅਰਦਾਸਾਂ ਕਰਦੇ ਹਾਂ, ਸਾਡੇ ਘਰੇ ਵੀ ਧੀ ਨਹੀਂ ਹੈ। ਅੱਛਾ। ਮੈਨੂੰ ਬਹੁਤ ਕਦੇ ਕਦੇ ਸੋਚ ਕੇ ਬੜੀ ਤਕਲੀਫ ਹੁੰਦੀ ਹੈ। ਹਾਂਜੀ। ਕਿ ਮੈਂ ਆਪਣੇ ਘਰ 'ਚ, ਮੈਂ ਵੀ ਇਕੱਲੀ ਸੀ। ਅੱਛਾ ਜੀ। ਦੋ ਭਰਾ ਸੀ, ਪਰ ਬਹੁਤ ਪਿਆਰ ਮਿਲਿਆ ਬਿਲਕੁਲ ਟਾਈਮ ਵੀ ਐਨ, ਮਤਲਬ ਦੋਵੇਂ ਭਰਾਵਾਂ ਨੂੰ ਤਾਂ ਪਿੱਛੇ ਛੱਡ ਕੇ ਮੈਨੂੰ ਜ਼ਿਆਦਾ ਪਿਆਰ ਮਿਲਿਆ। ਹਾਂਜੀ। ਜਦੋਂ ਕਿ ਸਮਿਆਂ ਦੀ ਗੱਲ ਹੁੰਦੀ ਸੀ ਵੀ ਧੀ ਕਿਉਂ, ਮੈਂ ਤਾਂ ਬਹੁਤ ਲਾਡਲੀ ਸੀ, ਤਾਂ ਉਵੇਂ ਜਿਵੇਂ ਮੈਨੂੰ ਮੇਰੇ ਵੀ ਇੱਕ ਧੀ ਸੀ, ਮੇਰੀ ਧੀ ਵੀ ਮੈਨੂੰ ਬਹੁਤ ਲਾਡਲੀ ਸੀ। ਬੇਟੇ ਤੋਂ ਜ਼ਿਆਦਾ ਪਿਆਰ ਮੈਂ ਆਪਣੀ ਬੇਟੀ ਨੂੰ ਕਰਦੀ ਸੀ। ਬੱਚੇ ਤਾਂ ਚਲੋ ਮਾਂ ਨੂੰ ਤਾਂ ਦੋਨੋਂ ਪਿਆਰੇ ਹੁੰਦੇ ਨੇ, ਪਰ ਇੱਕ ਹੁੰਦਾ ਕਿ ਨਹੀਂ, ਜੇ ਉਹ ਕੁਛ ਕਹਿ ਦੇਣਾ ਨਾ ਨਾ, ਇਹਨੂੰ ਨਹੀਂ ਕਹਿਣਾ, ਇੱਕ ਸੋਫਟ ਕਾਰਨਰ ਹੋ ਜਾਂਦਾ ਉਹ ਬੇਟੀ ਲਈ ਸੀ। ਤਾਂ ਪਰ ਅੱਗੇ ਬੇਟੀ ਨਹੀਂ ਹੋਈ, ਨਾ ਬੇਟੇ ਦੇ ਨਾ ਬੇਟੀ ਦੇ, ਤਾਂ ਮੈਂ ਹਮੇਸ਼ਾ ਉਹਨਾਂ ਨੂੰ ਇਹੀ ਕਹਿੰਦੀ ਹਾਂ, ਉਹਨਾਂ ਦੀ ਵੀ ਇਹ ਸੀ ਸਾਡੇ ਠੀਕ ਹੈ, ਸਾਡੇ ਕਰਮਾਂ ਚ ਸੀ, ਤੁਸੀਂ ਕੀ ਕਰੋਗੇ, ਤੁਹਾਡੇ ਧੀ ਨਹੀਂ ਹੈ। ਬਿਲਕੁਲ ਬਿਲਕੁਲ ਬਿਲਕੁਲ, ਮੈਂ ਉਹਨੂੰ ਕਹਿੰਨੀ ਆ। ਜੋ ਤੁਸੀਂ ਅੱਜ ਮੁਕਾਮ ਤੇ ਹੋ, ਹਨਾ, ਕਦੇ ਇਦਾਂ ਹੁੰਦਾ ਵੀ ਇਹ ਇਹ ਚੀਜ਼ਾਂ ਦੀਆਂ ਸੁੱਖਾਂ ਸੁੱਖੀਆਂ ਅਰਦਾਸਾਂ ਕੀਤੀਆਂ, ਸ਼ਾਇਦ ਅੱਜ
ਉਹੀ ਅਰਦਾਸਾਂ ਦਾ ਅੱਜ ਫਲ ਮਿਲਿਆ। ਬੇਟੇ ਮਨ ਚ ਤਾਂ ਹੁੰਦਾ ਹੀ ਆ, ਉਹ ਇਹ ਵੀ ਕਹਿੰਦਾ ਕਿ ਮਿਹਨਤ ਤੇਰੀ ਰਹਿਮਤ ਮੇਰੀ। ਜੇ ਮਿਹਨਤ ਨਾ ਕਰੋ ਕੱਲੀਆਂ ਅਰਦਾਸਾਂ ਹੀ ਕਰੋ ਨਹੀਂ ਪੂਰੀਆਂ ਹੁੰਦੀਆਂ। ਬਿਲਕੁਲ, ਕਿਉਂਕਿ ਉਹ ਅਸੀਂ ਜੇ ਕਰਮ ਹੀ ਨਹੀਂ ਵਧੀਆ ਕਰ ਰਹੇ, ਅਸੀਂ ਕੰਮ ਹੀ ਨਹੀਂ ਵਧੀਆ ਕਰ ਰਹੇ, ਤੁਸੀਂ ਕਿਉਂ ਕਿਵੇਂ ਆਸ ਕਰਦੇ ਹੋ? ਫਿਰ ਤਾਂ ਸਾਨੂੰ ਅਰਦਾਸ ਕਰਦਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ। ਬਿਲਕੁਲ, ਪਹਿਲਾਂ ਤਾਂ ਅਸੀਂ ਆਪਣੇ ਆਪ ਨੂੰ ਠੀਕ ਕਰਨਾ ਨਾ, ਤੇ ਅਰਦਾਸ ਹੋਣੀ ਵੀ ਉਦੋਂ ਹੀ ਜਾਂਦੀ ਹੈ ਜੇ ਤੁਸੀਂ ਕੰਮ ਵਧੀਆ ਕਰਦੇ ਹੋ। ਤੁਸੀਂ ਦੇਖੋ ਕਈ ਵਾਰੀ ਬੰਦੇ ਦੇ ਮਨ ਚ ਆ ਜਾਂਦਾ, ਭੁੱਖੇ ਨੂੰ ਦੇਖ ਕੇ ਆਪਾਂ ਨੂੰ ਇਹ ਲੱਗਦਾ ਕਿ ਹਾਏ ਇਹ ਭੁੱਖਾ ਹੈ ਤੇ ਮੇਰੇ ਕੋਲ ਦੋ ਰੋਟੀਆਂ ਤੇ ਕਿਹਨੂੰ ਦੇ ਦਿਆਂ। ਕਦੇ ਐਂ ਵੀ ਹੋ ਸਕਦਾ, ਐਂ ਵੀ ਹੁੰਦਾ ਹੋਊ ਵੀ ਯਾਰ ਮੈਨੂੰ ਤਾਂ ਬਹੁਤ ਭੁੱਖ ਲੱਗੀ ਆ, ਹੁਣ ਮੈਂ ਕੀ ਕਰਾਂ? ਇਹਨਾਂ ਗੱਲਾਂ 'ਚ ਫਰਕ ਹੈ। ਬਿਲਕੁਲ, ਬਹੁਤ ਸੋਹਣੀ ਗੱਲ ਕੀਤੀ। ਹਾਂ, ਕਈ ਵਾਰੀ ਇੱਦਾਂ ਹੁੰਦਾ ਸੀ, ਅਸੀਂ ਦਿਨ 'ਚ ਕਿੰਨੇ ਹੀ ਮਾੜੇ ਕਰਮ ਕੀਤੇ ਆ, ਪਰ ਅਸੀਂ 5 ਮਿੰਟ ਲਈ ਅਸੀਂ ਸੱਚੇ ਹੋ ਜਾਂਦੇ ਹਾਂ ਮਹਾਰਾਜ ਅੱਗੇ ਜਾ ਕੇ, ਹੈ ਨਾ? ਬਿਲਕੁਲ, ਇਹ ਦਿਨ 'ਚ ਅਸੀਂ ਕਿੰਨੀ ਅਸੀਂ ਕਰੋਪੀਆਂ ਕਰਦੇ ਹਾਂ। ਸੁਣ ਬੇਟੇ, ਰੋਜ਼ ਹੀ ਲੋਕ ਨਾ ਪਹਿਲਾਂ ਸਵੇਰੇ ਸਵੇਰੇ ਜਾ ਕੇ ਹੀ ਮੈਮੋਰੈਂਡਮ ਦੇ ਆਉਂਦੇ ਆ, ਮੈਨੂੰ ਆਹ ਦੇ ਦੀ, ਮੈਨੂੰ ਆਹ ਦੇ ਦੀ, ਮੈਂ ਐਂ ਕਰੂੰ, ਤੇ ਉਦੋਂ ਬਾਅਦ ਫਿਰ ਆਪਾਂ ਤੋਲਦੇ ਕੀ ਆ ਸਾਰਾ ਦਿਨ। ਸ਼ਾਮ ਨੂੰ ਸੌਣ ਵੇਲੇ ਫਿਰ ਕਹਿ ਦਿੰਦੇ ਆ, ਇਹ ਸੱਚੇ ਮਾਫੀ ਮੰਗ ਲਈ, ਮਾਫੀ ਉਸ ਦੀ ਮਾਫੀ ਮੰਗ ਲਈ, ਸ਼ਾਮ ਨੂੰ ਮਾਫੀ, ਸਵੇਰੇ ਜਾਂਦੇ ਕਿ ਮੰਗ ਲਿਆ। ਮੈਨੂੰ ਨਹੀਂ ਲੱਗਦਾ ਬੇਟਾ, ਮੈਨੂੰ ਤਾਂ ਲੱਗਦਾ ਉਹਦਾ ਕੋਈ ਫਾਇਦਾ ਉਹਦਾ ਕੋਈ, ਹਾਲਾਂਕਿ ਐਂ ਨਹੀਂ ਹੈਗਾ ਵੀ ਮੈਂ ਕੋਈ ਬਹੁਤ ਦਿਆਨਤਦਾਰੀ ਹੈ ਮੇਰੇ 'ਚ, ਮੈਂ ਨਹੀਂ ਕਹਿੰਦੀ। ਇਹ ਸਾਡੇ ਮਨੁੱਖੀ ਸੁਭਾਅ ਨੇ, ਹਾਂ ਸੁਭਾਅ ਨੇ, ਅਸੀਂ ਅਸੀਂ ਲਾਲਚੀ ਹਾਂ, ਅਸੀਂ ਪਦਾਰਥਵਾਦੀ ਹਾਂ। ਬੇਟੇ ਕਿਹਨੂੰ ਨਹੀਂ ਪਤਾ ਵੀ ਧਰਤੀ ਤੇ ਬੈਠੇ ਨਹੀਂ ਰਹਿਣਾ, ਚਲੇ ਜਾਣਾ। ਬਿਲਕੁਲ, ਕਰ ਲਓ ਜੇ ਕਿਸੇ ਦੀ ਮਾੜੀ ਮੋਟੀ ਇਹ ਸਾਥ ਨਾ ਹੁੰਦੀ ਹੈ, ਕਰਦੇ ਹਾਂ ਅਸੀਂ ਫਿਰ ਵੀ ਇਕੱਠਾ ਕਰੀ ਜਾਂਦੇ ਹਾਂ, ਐਂ ਕਰੀ ਜਾਂਦੇ। ਲੈ ਮੇਰਾ ਤਾਂ ਜੋ ਆਪਦਾ ਨਹੀਂ ਆਹ ਹੋਇਆ, ਹਾਲਾਂਕਿ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਨਹੀਂ ਅਸੀਂ ਘਰ 'ਚ ਉਹ ਵੀ ਇਕੱਠੀਆਂ ਕਰੀ ਜਾਂਦੇ ਹਾਂ। ਸਹੀ ਗੱਲ ਹੈ ਨਾ? ਹਲੇ ਅਸੀਂ ਅਰਦਾਸ ਦਾ ਅਸੀਂ ਅਰਦਾਸ ਕਰ ਲਈ, ਸ਼ੁਕਰਾਨਾ ਨਹੀਂ ਕੀਤਾ ਮੈਨੂੰ ਲੱਗਦਾ। ਸ਼ੁਕਰਾਨਾ ਕਰਨਾ ਅਸੀਂ ਭੁੱਲ ਜਾਂਦੇ ਹਾਂ ਹਮੇਸ਼ਾ ਹੀ। ਬਿਲਕੁਲ, ਸ਼ੁਕਰਾਨਾ ਮੈਂ ਉਹੀ ਕਹਿ ਰਹੇ ਹਾਂ, ਵੱਡਾ ਮੈਨੂੰ ਲੱਗਦਾ ਅਰਦਾਸ ਤੋਂ ਵੱਡਾ ਜਦੋਂ ਸ਼ੁਕਰਾਨਾ ਹੋ ਜੇ ਨਾ, ਫਿਰ ਉਹ ਵੀ ਹੋ ਜਾਂਦਾ, ਸ਼ੁਕਰਾਨਾ ਤਾਂ ਹੁੰਦਾ ਨਹੀਂ। ਬਿਲਕੁਲ, ਸਭ ਤੋਂ ਵਧੀਆ ਤਾਂ ਇਹ ਹੈ ਬੇਟੇ, ਦੇਖੋ ਮਨੁੱਖੀ ਸਰੀਰ ਕਿੱਡਾ ਵਧੀਆ ਮਿਲਿਆ ਆਪਾਂ ਨੂੰ, ਆਪਾਂ ਹਿਊਮਨ ਬੀਇੰਗ ਆ, ਕੁਦਰਤ ਨੇ ਸਾਨੂੰ ਕਿੰਨੀ ਵਧੀਆ ਬਖਸ਼ਿਸ਼ ਕੀਤੀ ਹੈ, ਹੈਨਾ? ਤੇ ਜੇ ਫਿਰ ਅਸੀਂ ਫਿਰ ਵੀ ਰੋਂਦੇ ਰਹੀਏ, ਮੇਰੇ ਵਰਗਾ ਹੀ ਕਹੀ ਜਾਵੇ ਯਾਰ ਫਲਾਨਾ ਤਾਂ ਬਹੁਤ ਵਧੀਆ, ਫਲਾਨਾ ਬਹੁਤ ਸੋਹਣਾ ਹੈ, ਫਲਾਨਾ ਹੈ ਯਾਰ ਮੈਨੂੰ ਨੱਕ ਦਿੱਤਾ, ਅੱਖਾਂ ਦਿੱਤੀਆਂ, ਮੇਰਾ ਸਰੀਰ ਦਿੱਤਾ, ਮੈਂ ਕਮਾ ਕੇ ਖਾਂਦੀ ਹਾਂ, ਮੈਂ ਚੱਲਦੀ ਫਿਰਦੀ ਹਾਂ, ਮੈਨੂੰ ਇਹਦੇ 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 ਹੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਪਰ ਨਾ, ਸਾਡੀ ਤਾਂ ਆਦਤ ਹੀ ਆਦਤ ਬਣ ਗਈ ਵੀ ਅਸੀਂ ਤਾਂ ਦੂਜੇ ਵੱਲ ਹੀ ਦੇਖੀ ਜਾਣਾ। ਇਹ ਮਨੁੱਖੀ ਸੁਭਾਅ ਨੇ। ਇਹੀ ਹੈ ਕਿ ਜੇ ਸ਼ੁਕਰਾਨਾ ਕਰਨਾ ਸਿੱਖ ਜਾਈਏ ਫਿਰ ਤਕਲੀਫਾਂ ਹੀ ਨਾ ਹੋਣ, ਫਿਰ ਤਾਂ ਤਕਲੀਫਾਂ ਹੀ ਨਾ ਹੋਣ, ਅਸੀਂ ਤਕਲੀਫਾਂ ਖੁਦ ਸਹੇੜੀਆਂ ਹੋਈਆਂ ਨੇ ਨਾ। ਜੇ ਕਿ ਇੱਕ ਵਾਰੀ ਸ਼ੁਕਰਾਨਾ ਕਰਦੀ ਹੈ ਮੈਨੂੰ ਲੱਗਦਾ ਕੋਈ ਤਕਲੀਫ ਨਾ ਰਹੇ। ਜਦੋਂ ਇਹੋ ਜਿਹੇ ਸਬਜੈਕਟਾਂ ਤੇ ਬੇਟਾ ਫਿਲਮਾਂ ਆਉਂਦੀਆਂ, ਇਹ ਤਾਂ ਹੀ ਆਉਂਦੀਆਂ, ਹਾਲਾਂਕਿ ਸਾਨੂੰ ਸਾਰਾ ਕੁਝ ਪਤਾ ਹੈ, ਇਹ ਰਿਵਾਈਜ਼ ਕਰਨਾ ਹੁੰਦਾ ਆਪਣੇ ਆਪ ਨੂੰ। ਕੋਈ ਚੰਗੀ ਆਪਾਂ ਕਿਤਾਬ ਪੜ੍ਹਦੇ ਹਾਂ, ਉਹਦੇ 'ਚ ਆਪਾਂ ਕੁਝ ਸਿੱਖ ਲਿਆ, ਰਿਵਾਈਜ਼ ਕਰਦੇ ਹਾਂ, ਆਹ ਗੱਲਾਂ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਸਾਰੀ ਦੁਨੀਆਂ ਨੂੰ ਪਤਾ ਹੈ, ਫਿਰ ਵੀ ਕਰਦੇ। ਚੋਰ ਨੂੰ ਪਤਾ ਹੈ ਵੀ ਜਿਹੜੀ ਮੈਂ ਚੋਰੀ ਕਰ ਰਿਹਾ ਇਹ ਗਲਤ ਹੈ, ਪਰ ਉਹ ਫੇਰ ਕਰਦਾ, ਕਿਉਂਕਿ ਅਸੀਂ ਆਪਦੇ ਆਪਦੇ ਪਦਾਰਥ ਨਾਲ ਜੁੜ ਕੇ, ਆਪਦੇ ਮਨ ਹਰਾਮੀ ਨਾਲ ਜੁੜ ਕੇ ਉਹ ਗੱਲਾਂ ਕਰਦੇ ਹਾਂ। ਮੈਨੇ ਇੱਕ ਮੈਨੂੰ ਗੱਲ ਯਾਦ ਆ ਗਈ, ਸਾਨੂੰ ਸਿਖਾਇਆ ਇਹ ਚੀਜ਼ਾਂ ਗਈਆਂ ਨੇ, ਅਸੀਂ ਤਾਂ ਆਪਦੇ ਸਵਾਰਥ ਲਈ ਤਾਂ ਗੁਰੂ ਘਰ ਵੀ ਵੰਡ ਲਏ, ਫਲਾਣੇ ਥਾਵੇਂ ਉੱਥੇ ਵੀਜ਼ਾ ਲੱਗਦਾ, ਫਲਾਣੇ ਗੁਰਦੁਆਰੇ ਵਗੈਰਾ ਉੱਥੇ ਬੱਚੇ ਦੀ ਦਾਤ ਮਿਲਦੀ ਆ, ਉਹ ਤਾਂ ਗੁਰੂ ਘਰ ਵੀ ਵੰਡ ਲਏ, ਇਹ ਚੀਜ਼ ਨਾਲ ਸਾਨੂੰ ਅਸੀਂ ਇੰਨੇ ਕੁ ਜ਼ਿਆਦਾ ਮਿਲਦਾ, ਭਰੋਸਾ ਨਹੀਂ ਸਾਨੂੰ, ਭਰੋਸਾ ਸਾਨੂੰ ਹੈ ਨਹੀਂ ਆਪਣੇ ਆਪ ਤੇ ਨਹੀਂ ਨਾ। ਬਿਲਕੁਲ ਬਿਲਕੁਲ, ਗੁਰੂ ਘਰ ਤਾਂ ਦੂਰ ਦੀ ਗੱਲ ਹੈ, ਤਾਂ ਸ਼ਮਸ਼ਾਨ ਘਾਟ ਵੰਡ ਲਏ, ਜਿੱਥੇ ਜਿੱਥੇ ਜਾਣਾ ਸਭ ਨੇ ਜਾਣਾ, ਸਹੀ ਹੈ, ਤਾਂ ਉਹ ਵੀ ਵੰਡ ਲਏ। ਗੁਰੂ ਸਾਹਿਬ ਨੇ ਸਿਖਾਇਆ ਸੀ ਨਾ ਵੀ ਇੱਕ ਓੰਕਾਰ ਵੀ ਸਾਰਾ ਕੁਝ ਇੱਕ ਆ, ਪਰ ਅਸੀਂ ਕਹਿੰਦੇ ਵੀ ਉੱਥੇ ਵਗ ਜਾਓ ਉੱਥੇ ਬੀਜਾ ਮਿਲ ਜੂ, ਉੱਥੇ ਵਗ ਜਾਓ ਉੱਥੇ ਪੁੱਤਰ ਦੀ ਦਾਤ ਮਿਲ ਜੂ, ਉੱਥੇ ਦੁੱਖਾਂ ਦਰਦਾਂ ਦੀ ਉੱਥੇ ਭਟਕਣਾ, ਕਮਜ਼ੋਰੀਆਂ ਭਟਕਣਾ,
ਦੂਜੀ ਗੱਲ ਇਹ ਹੈ ਕਿ ਜਦੋਂ ਸਮੇਂ ਸਮੇਂ ਤੇ ਸਾਨੂੰ ਠੋਲੇ ਵੱਜਦੇ ਰਹਿਣ, ਕੋਈ ਚੰਗੀ ਸਾਨੂੰ ਬੁੱਕ ਪੜ੍ਹਨ ਨੂੰ ਮਿਲ ਜੇ, ਕੋਈ ਚੰਗਾ ਸਾਨੂੰ ਵਾਤਾਵਰਨ ਮਿਲ ਜੇ, ਕੋਈ ਚੰਗੀ ਸੰਗਤ ਮਿਲ ਜੇ, ਸਾਡੇ ਦੋਸਤ ਮਿੱਤਰ ਵਧੀਆ ਹੋਣ, ਤੇ ਉਸ ਤੋਂ ਵੱਡੀ ਗੱਲ ਸਾਨੂੰ ਕੋਈ ਵਧੀਆ ਫਿਲਮ ਮਿਲ ਜੇ, ਵਧੀਆ ਫਿਲਮ ਆ ਰਹੀ ਹੈ ਉਹਦੇ ਚ ਕੁਛ ਸਿੱਖਣ ਨੂੰ ਮਿਲ ਜੇ, ਏਦੋਂ ਵੱਡੀ ਗੱਲ ਕੀ ਹੈ। ਹੁਣ ਜਦੋਂ ਫਿਲਮ ਲੱਗ ਗਈ ਹੈ ਨਾ, ਫਿਲਮ ਦਾ ਕਿਉਂਕਿ ਅਸਰ ਤਾਂ ਹੁੰਦਾ, ਜਦੋਂ ਆਪਾਂ ਨੂੰ ਪਰਦੇ ਤੇ ਦੇਖਦੇ ਹਾਂ ਅਸਰ ਹੁੰਦਾ। ਹੁਣ ਚੱਲ ਜੇ ਮੰਨ ਲਓ ਤੁਹਾਡੇ 15 ਦਿਨ 20 ਦਿਨ ਉਹ ਅਸਰ ਹੋਇਆ, ਤੇ ਉਸ ਤੋਂ ਬਾਅਦ ਤੁਸੀਂ ਫੇਰ ਉਸੇ ਰਸਤੇ ਤੁਰੇ ਹੋ, ਪਰ ਕਿਤੇ ਨਾ ਤੁਹਾਨੂੰ ਉਹ ਫਿਰ ਉਹ ਫਿਲਮ ਹੀ ਹੈ ਕਿ ਉਹਦੇ ਵਿੱਚ ਦੱਸਿਆ ਸੀ। ਜਦੋਂ ਮਨ ਬਹੁਤ ਟੁੱਟ ਜਾਂਦਾ ਜਾਂ ਕੋਈ ਰਸਤਾ ਸਮਝ ਨਹੀਂ ਆਉਂਦਾ, ਫਿਰ ਬੰਦੇ ਦਾ ਦਿਮਾਗ 'ਚ ਜਾਂਦਾ ਵੀ ਜਿਹੜੀ ਫਿਲਮ ਦੇਖੀ ਸੀ ਅਰਦਾਸ ਸਰਬੱਤ ਦੇ ਭਲੇ ਦੀ, ਉਹਦੇ ਵਿੱਚ ਕੀ ਕਿਹਾ ਸੀ ਭਲਾ, ਆਪਣਾ ਹੀ ਮਨ ਤੁਹਾਨੂੰ ਜਵਾਬ ਦਿੰਦਾ, ਤੇ ਫਿਰ ਸੰਭਲਣਾ ਮੌਕਾ ਵੀ ਆਪ ਹੀ ਬੰਦਾ ਲੱਭਦਾ। ਪਿਛਲੀ ਫਿਲਮ ਦੇ ਵਿੱਚ ਵੀ ਸੀਮਾ ਜਦੋਂ ਅਰਦਾਸ ਕਰਾਂ ਦੇ ਵਿੱਚ ਉਹ ਘੁੱਗੀ ਵਾਰ ਵਾਰ ਉਹਨੂੰ ਦੱਸ ਦੇਵੇ ਜ਼ਿੰਦਗੀ ਇੱਕੋ ਵਾਰੀ ਮਿਲੀ ਹੈ ਮਿੱਤਰਾ ਕਰ ਲਾ, ਤੂੰ ਕਿੰਨੇ ਵਾਰੀ ਆਪਦੇ ਦਿਮਾਗ 'ਚ ਆਉਂਦੀ ਹੈ ਜਦੋਂ ਆਪ ਉਦਾਸ ਸੁਣਿਆ, ਤੇ ਉਹ ਮਤਲਬ ਕਿ ਛਾਪ ਤਾਂ ਛੱਡਦੀ ਹੈ, ਛੱਡਦਾ ਨਾ ਵੀ ਉਹ ਵੀ ਮੈਂ ਸੁਸਾਈਡ ਕਰਨ ਲੱਗਦਾ, ਉਹ ਕਹਿੰਦਾ ਤਾਂ ਦੁੱਖ ਕੁਛ ਵੀ ਨੀ, ਤੇ ਉਹ ਕਿੰਨਾ ਨਜ਼ਾਰੇ ਲੈਂਦੇ ਆ, ਤੇ ਆਪ ਨੂੰ ਉਦੋਂ ਲੱਗਦਾ ਵੀ ਯਾਰ ਉਹ ਮੇਰੇ ਦਿਮਾਗ 'ਚ ਬਹੁਤ ਵਾਰੀ ਆਈ ਆ ਉਹ ਗੱਲ। ਬਿਲਕੁਲ ਪੈਂਦਾ ਕਿਸੇ ਕਰੈਕਟਰ ਦਾ, ਕੋਈ ਕਰੈਕਟਰ ਤੁਹਾਡੇ ਸਾਹਮਣੇ ਆ ਤਾਂ ਤੁਹਾਡੇ ਤੇ ਅਸਰ ਛੱਡੂਗਾ ਹੀ ਛੱਡੂਗਾ। ਹਾਂ ਸਾਡੇ ਉਹਦੇ ਵਿੱਚ ਅਰਦਾਸ ਦੇ ਵਿੱਚ ਵੀ ਹੁਣ ਕੋਈ ਨੈਗੇਟਿਵ ਕਰੈਕਟਰ ਹੁੰਦਾ, ਆਪਾਂ ਨੂੰ ਪਤਾ ਹੁੰਦਾ ਇਹ ਬੁਰਾਈ ਹੈ, ਤੇ ਉਹ ਲੱਗਦਾ ਤਾਂ ਹੈਗਾ ਹੀ ਹੈ ਵੀ ਆਹ ਬੁਰਾਈ ਹੈ ਜਿਹੜੀ ਇਹ ਛੁੱਟਣੀ ਚਾਹੀਦੀ ਹੈ, ਇਹ ਹੋਣੀ ਚਾਹੀਦੀ ਹੈ। ਆਪਾਂ ਹਿਊਮਨ ਬੀਂਗ ਆ, ਆਪਾਂ ਮਹਿਸੂਸ ਜ਼ਰੂਰ ਕਰਦੇ, ਆਪਾਂ ਚੰਗਾ ਵੀ ਮਹਿਸੂਸ ਕਰਦੇ, ਆਪਾਂ ਮਾੜਾ ਵੀ ਮਹਿਸੂਸ ਕਰਦੇ, ਬਿਲਕੁਲ ਜੀ ਜ਼ਰੂਰ ਪਤਾ ਹੁੰਦਾ। ਬਿਲਕੁਲ ਹਾਂਜੀ ਮੈਮ, ਤੁਸੀਂ ਬਸ ਮੈਂ ਉਹੀ ਕਹਿ ਰਹੀ ਸੀ, ਮੈਂ ਕਿਹਾ ਜਿੱਦਾਂ ਹੁਣ ਪਹਿਲੀ ਵੀ ਜਿਹੜੀ ਸਭ ਤੋਂ ਪਹਿਲੀ ਅਰਦਾਸ ਦੇ ਵਿੱਚ ਸੀ, ਉੱਥੇ ਵੀ ਗੁਰਪ੍ਰੀਤ ਨੇ ਸੋਹੀ ਸਰ ਨੂੰ ਕਿਹਾ ਸੀ ਵੀ ਪੀ ਲਓ ਆਪਣੀ ਜ਼ਹਿਰ ਪੀ ਕੇ, ਤੁਹਾਨੇ ਤਾਂ 2 ਮਿੰਟ 'ਚ ਆਪਣੀ ਗੇਮ ਖਤਮ ਕਰ ਦੇਣੀ ਹੈ, ਹੈ ਨਾ, ਤਾਂ ਉਹ ਤਾਂ ਉਹ ਸੋਚੂਗਾ ਵੀ ਭੋਗ ਕਿੱਥੋਂ ਪਾਉਣਾ ਉਹ ਕਰਨਾ, ਤੇ ਇਹ ਸਾਰੀਆਂ ਚੀਜ਼ਾਂ ਜਿੱਦਾਂ ਆਪਣੇ ਲੋਕਾਂ ਦਾ ਛੇਤੀ ਮੁਸ਼ਕਲਾਂ ਤੋਂ ਘਬਰਾ ਜਾਂਦੇ ਆ ਤੇ ਸੁਸਾਈਡ ਕਰਨ ਦੇ ਵੱਲ ਤੁਰ ਪੈਂਦੇ ਆ, ਹੈ ਨਾ, ਤਾਂ ਉਹ ਕਿੱਡਾ ਸੋਹਣਾ ਸੁਨੇਹਾ ਸੀ ਵੀ ਮਤਲਬ ਤੂੰ ਕਰ ਲਏਗਾ, ਤੇਰੇ ਲਈ ਤਾਂ ਇਹ 2 ਮਿੰਟ ਦੀ ਗੱਲ ਹੈ ਨਾ, ਕਿ ਜਿਹੜੀਆਂ ਪਿੱਛੇ ਹੋਣੀਆਂ ਨੇ ਉਦੋਂ ਬਾਅਦ ਤੁਸੀਂ ਸੁਸਾਈਡ, ਜਿਹਨਾਂ ਨੂੰ ਜੋੜੇ ਇਹ ਚੀਜ਼ ਨੂੰ ਸੋਚਦੇ ਨੇ ਵੀ ਮੈਂ ਇਹ ਸਾਰੀਆਂ ਮੁਸ਼ਕਲਾਂ ਦਾ ਹੱਲ ਲੱਭ ਲਿਆ, ਪਰ ਇਹ ਹੱਲ ਹੈ ਨਹੀਂ, ਇਹ ਹੱਲ ਹੈ ਨਹੀਂ। ਉਹਦੇ ਵਿੱਚ ਮੈਂ ਗੁਰਪ੍ਰੀਤ ਘੁੱਗੀ ਜੀ ਨੂੰ ਕਹਿੰਦੀ ਹਾਂ ਕਿ ਮੈਨੂੰ ਤਾਂ ਮੁੰਡਾ ਹੀ ਚਾਹੀਦਾ, ਮੁੰਡਾ ਹੀ ਚਾਹੀਦਾ ਹੈ, ਤੇ ਉਹ ਹੈਗਾ ਅਣਜਾਣਪਣਾ, ਉਹ ਐ ਨਹੀਂ ਹੈਗਾ ਵੀ ਉਹਦਾ ਉਹ ਬਸ ਅਣਸਿੱਖਿਅਤ ਬੰਦਾ, ਲਾਲਸਾ, ਲਾਲਸਾ ਨਹੀਂ, ਮੇਰੇ ਵੰਸ਼ ਨੂੰ ਅੱਗੇ ਨਹੀਂ, ਲਾਲਸਾ ਨਾਲੋਂ ਉਹ ਉੱਥੇ ਉਹ ਅਨਪੜ੍ਹ ਤੇ ਅਣਸਿੱਖਿਅਤ ਹੈ, ਤੇ ਉਹਨੂੰ ਪਤਾ ਹੀ ਨਹੀਂ ਆਪਣੇ ਲੋਕ ਵੀ ਸਿਆਣੇ ਹੋ ਰਹੇ ਨੇ ਵੀ ਵੰਸ਼ ਨੂੰ ਜੇ ਅੱਗੇ ਚਲਾਉਣਾ ਉਹ ਮੁੰਡਾ ਹੀ ਚਲਾਊਗਾ, ਹੈ ਨਾ, ਵੀ ਕੁੜੀ ਨੀ ਚਲਾ ਸਕਦੀ। ਪਰ ਅੱਜ ਕੱਲ ਤੁਸੀਂ ਇਹ ਦੇਖਿਆ ਵੀ ਕੁੜੀਆਂ ਵੀ ਹੁਣ ਤਾਂ ਕਿਸੇ ਦੇ ਇੱਕ ਕੁੜੀ, ਕਿਸੇ ਦੇ ਦੋ ਕੁੜੀ, ਜਿਨ੍ਹਾਂ ਦੇ ਨਸ਼ਾ ਸੈਂਟਰਾਂ 'ਚ ਬੈਠੇ ਨੇ ਉਹ ਕਹਿੰਦੇ ਨੇ ਤਾਂ ਕੁੜੀ ਹੋਈ ਚ ਸਾਡੇ ਕੁੜੀਆਂ ਹੋ ਜਾਂਦੀ, ਕੁੜੀ ਇੱਕ ਹੋਰ ਹੋ ਜਾਂਦੀ, ਕੁੜੀਆਂ ਨੇ ਆਪਣੇ ਮਾਪੇ ਨੂੰ ਕੈਨੇਡਾ ਵਿਖਾਤਾ, ਹਾਂ ਸਾਰੇ ਕੁੜੀਆਂ ਕਰਕੇ ਅਨਪੜ੍ਹ ਲੋਕ ਜਾਈ ਜਾਂਦੇ ਆ ਜਾਂਦੇ, ਬਿਲਕੁਲ ਜੀ, ਹਾਂ ਆਪਣੀ ਸਮਝ ਹੈ, ਕਿਉਂਕਿ ਜਿਹੜੀ ਇਹ ਸੋਚ ਹੈ ਨਾ ਦੋਨਾਂ ਲਈ ਬਰਾਬਰ ਰਹਿਣੀ ਚਾਹੀਦੀ ਹੈ, ਚਾਹੇ ਹੋਵੇ ਮੁੰਡਾ ਚਾਹੇ ਹੋਵੇ ਕੁੜੀ, ਵੰਸ਼ ਤਾਂ
ਚੱਲਦਾ ਹੀ ਰਹਿੰਦਾ। ਕੁੜੀ ਦਾ ਨਾਂ ਵੀ ਪਿਓ ਨਾਲ ਜੁੜਿਆ ਹੁੰਦਾ, ਜੇ ਪੇਕੇ ਘਰ ਜਾਓਗੇ ਤਾਂ ਕੁੜੀ ਦਾ ਨਾਂ ਪਿਓ ਨਾਲ ਹੀ ਜੁੜਿਆ ਹੁੰਦਾ, ਹੈ ਨਾ। ਉੱਥੇ ਕਹਿੰਦੇ ਉਹਨਾਂ ਦੀ ਕੁੜੀ ਆਈ ਹੈ, ਫਲਾਣੇ ਦੀ ਕੁੜੀ ਆਈ ਹੈ, ਉਹਦੀ ਕੁੜੀ ਨੇ ਆਹ ਕੀਤਾ, ਉਹਦੀ ਕੁੜੀ ਨੇ ਐਂ ਕੀਤਾ, ਨਾਮ ਵੱਜਦਾ, ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ। ਹੁਣ ਮਤਲਬ ਗੱਲ ਇਹ ਹੈ ਕਿ ਬੱਚਾ ਸੰਸਕਾਰੀ ਹੋਵੇ, ਚੰਗਾ ਕੰਮ ਕਰੇ ਤਾਂ ਨਾਮ ਤਾਂ ਉਸ ਤਰੀਕੇ ਵੱਜਣਾ, ਵੱਜਣਾ ਤਾਂ ਪਿਓ ਦਾ। ਬੜਭਾਗੇ ਆ ਆਪਣਾ ਜੀਵਨ ਸੁਧਾਰ ਸਕਣ। ਕਦੇ ਇਸ ਚੀਜ਼ ਦਾ ਤੁਹਾਨੂੰ ਪ੍ਰਾਊਡ ਫੀਲ ਹੁੰਦਾ ਨਾ ਵੀ ਅਸੀਂ ਬਹੁਤ ਚੰਗੇ ਸਬਜੈਕਟ ਨਾਲ ਜੁੜੇ ਆ? ਹੁਣ ਬੀਬੀ ਰਜਨੀ ਫਿਲਮ ਨੇ ਵੀ ਰਿਲੀਜ਼ ਹੋਣਾ, 10 ਦਿਨਾਂ ਬਾਅਦ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਨੇ ਰਿਲੀਜ਼ ਹੋਣਾ, ਇਹ ਆਪਦੇ ਆਪ ਨੂੰ ਸਾਬਾਸ਼ੀ ਦੇਣ ਨੂੰ ਮਨ ਕਰਦਾ ਵੀ ਮਹਾਰਾਜ ਨੇ ਚੰਗੀ ਡਿਊਟੀ ਲਾਈ? ਸ਼ਾਬਾਸ਼ ਚਾਹੀਦਾ, ਬਿਲਕੁਲ ਹੋਣਾ ਚਾਹੀਦਾ, ਅਭਿਮਾਨ ਨਹੀਂ ਹੋਣਾ ਚਾਹੀਦਾ, ਮਾਣ ਹੋਣਾ ਚਾਹੀਦਾ, ਹੈ ਪ੍ਰਾਊਡ ਤਾਂ ਫੀਲ ਕਰਨਾ ਹੀ ਚਾਹੀਦਾ। ਬਹੁਤ ਜ਼ਿਆਦਾ ਜੇ ਪ੍ਰਾਊਡ ਵੀ ਨਹੀਂ ਫੀਲ ਕਰਦੇ ਫਿਰ ਅਸੀਂ ਕਾਹਦੇ ਇਨਸਾਨ, ਸਗੋਂ ਖੁਸ਼ਕਿਸਮਤਾਂ ਕਿ ਚੰਗੀਆਂ ਫਿਲਮਾਂ ਦੇ ਹਿੱਸਾ। ਸਾਨੂੰ ਵੀ ਇਹ ਹੁੰਦਾ ਜਦੋਂ ਕੋਈ ਫਿਲਮ ਨੇ ਆਉਣਾ ਹੁੰਦਾ ਅੱਛੀ ਨੇ, ਸਾਨੂੰ ਵੀ ਨੀਂਦ ਨਹੀਂ ਆਉਂਦੀ, ਅਸੀਂ ਵੀ ਦਿਨ ਗਿਣਦੇ ਆ ਵੀ ਫਟਾਫਟ ਉਹ ਆਵੇ ਤੇ ਇੱਕ ਮਨ ਨੂੰ ਸਕੂਨ ਮਿਲਦਾ, ਰੂਹ ਨੂੰ ਸਕੂਨ ਮਿਲਦਾ। ਸਾਡੇ ਪ੍ਰੋਡਿਊਸਰ ਹੋਰ ਇਹੋ ਜਿਹੀਆਂ ਫਿਲਮਾਂ ਬਣਾਉਣ, ਹਰ ਸਾਲ ਬਣਾਉਣ। ਅਸੀਂ ਤਾਂ ਕਹਿੰਦੇ ਹਾਂ ਇਸ ਫਿਲਮ ਨੂੰ ਸਰਬੱਤ ਦੇ ਭਲੇ ਨੂੰ, ਕੁਛ ਮੇਰੇ ਖਿਆਲ ਕਰੋਨਾ ਕਾ ਟਾਈਮ ਵੀ ਆ ਗਿਆ ਸੀ ਤੇ ਟਾਈਮ ਲੱਗ ਗਿਆ, ਜਦੋਂ ਕਿ ਏਦਾਂ ਦੀਆਂ ਫਿਲਮਾਂ ਤਾਂ ਹਰ ਸਾਲ ਆਉਣੀਆਂ ਬਣਦੀਆਂ, ਟਾਈਮ ਵੀ ਲੱਗਦਾ ਬੇਟੇ ਇਹ ਜਿਹੀਆਂ ਫਿਲਮਾਂ ਨੇ, ਕੋਈ ਆਈ ਤਾਂ ਸਭ ਕੇ ਬਣਦੀਆਂ ਪਰ ਮਿਹਨਤ ਨਾਲ ਇਹ ਵੀ ਕੁਦਰਤ ਬਣਵਾਉਂਦੀ ਆ। ਬਿਲਕੁਲ ਜੀ ਬਿਲਕੁਲ, ਜਦੋਂ ਗਿੱਪੀ ਬਾਈ ਜਦੋਂ ਪੀਸੀ ਕਰ ਰਹੇ ਸੀਗੇ ਉੱਥੇ ਜੋ ਕਰੈਕਟਰ ਲਿਖ ਰਹੇ ਸੀਗੇ, ਉਦੋਂ ਉਹਨੂੰ ਕਹਦੇ ਵੀ ਇਹ ਸਾਨੂੰ ਚਿਹਰੇ ਚਾਹੀਦੇ ਹੀ ਚਾਹੀਦੇ ਨੇ, ਗੁਰਪ੍ਰੀਤ ਭੰਗੂ ਮੈਮ ਹੋਏ, ਸ਼ੀਮਾ ਕੌਸ਼ਲ ਮੈਮ ਹੋਏ, ਵੀ ਇਹ ਇਹ ਸਕ੍ਰਿਪਟ ਇਹਨਾਂ ਲਈ ਲਿਖੀ ਜਾਂਦੀ ਹੈਗੀ। ਹਾਂ ਕੁਛ ਨਾ ਸਮਾਜ ਦੇ ਵਿੱਚ ਵੀ ਜਿਹੜੇ ਪਾਤਰ ਹੁੰਦੇ ਨੇ, ਬਿਲਕੁਲ ਬਿਲਕੁਲ, ਤੇ ਉਹ ਜਿਹੜਾ ਰਾਈਟਰ ਹੁੰਦਾ ਉਹਦੇ ਦਿਮਾਗ 'ਚ, ਉਹਦੇ ਦਿਮਾਗ 'ਚ ਹੁੰਦਾ, ਹੋਰ ਗੱਲ ਕੁਛ ਨਹੀਂ। ਤੇ ਐ ਤਾਂ ਦੇਖੋ ਜੇ ਮੇਰੀ ਸ਼ੀ ਭੈਣ ਜੀ ਹੈ, ਉਹਨਾਂ ਦੀ ਇੱਕ ਛਾਪ ਹੈ, ਉਹਨਾਂ ਨੂੰ ਪਤਾ ਆਪਾਂ ਨੂੰ ਵੀ ਦਾਦੀ ਮਾਂ ਦੇ ਕਰੈਕਟਰ ਲਈ ਭੈਣ ਜੀ ਦਾ ਜਿਹੋ ਜਿਹਾ ਕੱਦ ਹੈਗਾ, ਜਿਹੋ ਜਿਹਾ ਉਹਨਾਂ ਦਾ ਰੁਤਬਾ ਹੈ ਨਾ, ਤੇ ਉਹ ਫਿਰ ਉਹ ਕਿਰਦਾਰ ਨਿਭਾਉਂਦੇ ਆਪਦਾ। ਅਸੀਂ ਤਾਂ ਜੀ ਕਰੈਕਟਰਾਂ ਲਈ ਅਸੀਂ ਬਣੇ ਹੋਵਾਂਗੇ, ਜਿਵੇਂ ਮੈਨੂੰ ਕਹਿੰਦੇ ਭੰਗੂ ਮੈਡਮ ਇਹ ਤਾਂ ਨੈਗੇਟਿਵ ਹੈ ਹਨਾ, ਨੈਗੇਟਿਵ ਕਰੈਕਟਰ ਭੰਗੂ ਮੈਡਮ ਨਿਭਾਉਣਗੇ, ਇੱਕ ਪਾਤਰ ਹੈ ਬੇਟਾ। ਪਹਿਲਾਂ ਪਹਿਲਾਂ ਬਹੁਤ ਮਹਿਸੂਸ ਹੁੰਦਾ ਸੀ, ਹੁਣ ਮੈਨੂੰ ਲੱਗਦਾ ਕਿ ਸ਼ਾਇਦ ਉਹ ਪਾਤਰ ਜੇ ਮੈਂ ਨਿਭਾ ਰਹੀ ਹਾਂ ਤੇ ਹਰ ਬੰਦਾ ਕਹਿੰਦਾ ਵੀ ਆਜੋ ਇਹ ਆਪਾਂ ਕਰੈਕਟਰ ਬੁੱਕ ਕਰਵਾਉਂਦੇ ਹਾਂ, ਉਹਨੂੰ ਮਾਣ ਮਹਿਸੂਸ ਹੁੰਦਾ ਵੀ ਜੇ ਨੈਗੇਟਿਵਲੀ ਜਾਣਾ ਜਾਂਦਾ ਤਾਂ ਮੈਂ ਅਗਲੇ ਨੂੰ ਪਤਾ ਵੀ ਕੁਆਲਿਟੀ ਹੈ, ਇਹ ਕਿਹੜਾ ਹੁੰਦਾ ਹੈ ਜਿਵੇਂ ਆਪਾਂ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਜਾਣ ਪਛਾਣ, ਜਦੋਂ ਆ ਤੁਸੀਂ ਤੁਸੀਂ ਆਪ ਪ੍ਰੈਸ ਰਿਪੋਰਟਰੀ ਆਪੇ ਬੁਲਾ ਰਹੇ ਹੋ, ਇਹਦਾ ਮਤਲਬ ਤਾਂ ਉਹ ਇੱਕ ਰੁਤਬਾ ਹੈ, ਰੁਤਬਾ ਇੱਕ ਰੁਤਬਾ ਹੈ, ਤੇ ਉਹਨੂੰ ਇਹੀ ਕੁਛ ਸਿੱਖਣਾ ਮੈਂ ਵੀ ਮੈਨੂੰ ਇਹ ਗੱਲ ਹੁਣ ਇਹ ਲੈਣੀ ਨਹੀਂ ਚਾਹੀਦੀ, ਸਗੋਂ ਮੈਨੂੰ ਪੋਜ਼ਿਟਿਵ ਹੀ ਲੈਣੀ ਚਾਹੀਦੀ ਹੈ, ਸਗੋਂ ਮੈਨੂੰ ਤਾਂ ਵੇਰੀਏਸ਼ਨ ਮਿਲ ਗਈ, ਨੈਗੇਟਿਵ ਕਰਦੀ ਕਰਦੀ ਮੈਂ ਬਹੁਤ ਥਾਂ ਪੋਜ਼ਿਟਿਵ ਵੀ ਕੀਤਾ, ਕਈ ਕਈ ਕਰਦੇ ਹੀ ਇਕੱਲਾ ਪੋਜ਼ਿਟਿਵ ਹੈ ਹਨਾ, ਤੇ ਉਹ ਵਧੀਆ ਗੱਲ ਲੱਗਦੀ ਹੈ, ਚੰਗਾ ਲੱਗਦਾ। ਇਸ ਫਿਲਮ ਦੇ ਵਿੱਚ ਮੈਂ ਕੈਰੈਕਟਰ ਥੋੜਾ ਜਾਣਨਾ ਚਾਹੁੰਦਾ, ਘੁੱਗੀ ਦੀ ਮਦਰ ਦਾ ਕਰੈਕਟਰ ਹੈ ਮੇਰਾ ਇਹਦੇ ਵਿੱਚ, ਅਰਦਾਸ ਦੇ ਵਿੱਚ ਵੀ ਜਦੋਂ ਪਹਿਲੀ ਬਣਦੀ, ਹਾਂ ਅਰਦਾਸ ਦੇ ਵਿੱਚ ਸੀ, ਬਸ ਘੁੱਗੀ ਦੀ ਮਦਰ ਦਾ ਕਰੈਕਟਰ ਹੈ, ਬਸ ਇਹ ਤੁਸੀਂ ਦੇਖ ਲਓ ਵੀ ਫਿਰ ਕਰੈਕਟਰ ਤਾਂ ਬਹੁਤ ਲੰਬਾ ਨੀ ਹੈਗਾ ਪਰ ਇੰਪੋਰਟੈਂਟ ਕਰੈਕਟਰ ਹੈ, ਕਿਉਂਕਿ ਜੰਨੀ ਤਾਂ ਹੋਇਆ, ਜੱਗ ਤਾਂ ਸਾਰਾ ਉਹਨੇ ਪੈਦਾ ਕੀਤਾ, ਜੰਨੀ ਤੋਂ ਬਿਨਾਂ ਕੀ ਹੋ ਸਕਦਾ, ਸਾਰੀ ਸ੍ਰਿਸ਼ਟੀ ਮਾਂ ਦੀ ਹੈ ਨਾ। ਸੋ ਗੱਲ ਇਹ ਹੈ ਕਿ ਸਾਨੂੰ ਤਾਂ ਇਹੀ ਹੈ ਕਿ ਅਸੀਂ ਇੰਨੇ ਸੋਹਣੇ ਸੋਹਣੇ ਸਬਜੈਕਟ ਦਾ, ਐਡੇ ਵਧੀਆ ਪ੍ਰੋਜੈਕਟ ਦਾ ਹਿੱਸਾ ਬਣ ਗਏ ਨਾ, ਸਾਡੇ ਲਈ ਇਹੀ ਬਹੁਤ ਖੁਸ਼ੀ ਹੈ।
ਤੁਸੀਂ ਕਹਿੰਦੇ ਹੋ ਨਾ ਮਾਣ ਮਹਿਸੂਸ ਹੁੰਦਾ, ਮਾਣ ਤਾਂ ਹੁੰਦਾ ਪਰ ਨਾਲ ਨਾਲ ਅਸੀਂ ਦਿਨ ਰਾਤ ਸ਼ੁਕਰਾਨਾ ਜ਼ਰੂਰ ਵਾਹਿਗੁਰੂ ਦਾ ਕਰਦੇ ਹਾਂ। ਹਰ ਵਾਰ ਅਸੀਂ ਸ਼ੁਕਰਾਨਾ ਕਰਦੇ ਹਾਂ ਕਿ ਸ਼ੁਕਰ ਹੈ ਵਾਹਿਗੁਰੂ, ਕੋਈ ਚੰਗਾ ਕਰਮ ਇਹੋ ਜਿਹਾ ਕੀਤਾ ਹੋਊਗਾ ਜਿਹੜਾ ਸਾਨੂੰ ਇਹੋ ਜਿਹੀਆਂ ਫਿਲਮਾਂ ਦਾ ਹਿੱਸਾ ਬਣਾਇਆ ਜਾਂਦਾ। ਬਸ ਹੱਥ ਜੋੜ ਕੇ ਹੀ ਬੇਨਤੀ ਆਡੀਅੰਸ ਹੈ ਵੀ ਤੁਸੀਂ ਇੰਨਾ ਪਿਆਰ ਦਿੱਤਾ, ਟੀਜ਼ਰ ਨੂੰ ਬਹੁਤ ਪਿਆਰ ਦਿੱਤਾ, ਟ੍ਰੇਲਰ ਨੂੰ, ਗੀਤ ਦੇਖੋ, ਗੀਤਾਂ ਨੂੰ ਵੀ ਬਹੁਤ ਪਿਆਰ ਮਿਲਿਆ। ਫਸਟ ਆਇਆ ਸੀਗਾ ਹਨਾ ਵੀ ਆਉ ਅਰਦਾਸ ਕਰੀਏ ਸਰਬੱਤ ਦੇ ਬਲੇ, ਸਰਬੱਤ ਦੇ ਬਲੇ ਦੀ, ਤੇ ਉਸ ਤੋਂ ਬਾਅਦ ਇਹ ਅਸ਼ਕੇ ਤੇ ਅੱਜ ਵੀ ਗੀਤ ਰਿਲੀਜ਼ ਹੋਇਆ। ਹੁਣ ਤਾਂ ਮੈਨੂੰ ਲੱਗਦਾ ਟਰੈਕਟਰਾਂ ਤੇ ਤਾਂ ਬਹੁਤ ਰੀਲਾਂ ਹੋਈਆਂ ਹੋਣ ਸ਼ੁਰੂ ਹੋ ਗਈਆਂ। ਇਹ ਬੜੇ ਸ਼ਬਦ ਆ ਉਹ ਦਿਲਾਂ ਕਹਿੰਦੇ ਰੱਬ ਹੀ ਬਣ ਜਾਂਦਾ ਤੂੰ ਤਾਂ ਦਿਲ ਨੂੰ ਹਨਾ, ਅੱਜ ਵਾਲਾ ਇਹ ਅੱਜ ਦਾ ਵੀ ਜਿਹੜਾ ਆਇਆ ਨਾ, ਤੇ ਅਸੀਂ ਪੂਰੀ ਤਰ੍ਹਾਂ ਨਾਲ ਦੀ ਸੁਣਿਆ ਨਹੀਂ, ਚੰਗੀ ਤਰ੍ਹਾਂ ਨਹੀਂ ਸੁਣਿਆ, ਤੇ ਤੁਸੀਂ ਸਾਰੇ ਸੁਣੋ। ਮੈਂ ਗੱਲ ਕੱਟ ਰਿਹਾ, ਰੱਬ ਤਾਂ ਮੈਨੂੰ ਲੱਗਦਾ ਸਾਡੇ ਬਹੁਤ ਨੇੜੇ ਆ, ਰੱਬ ਤਾਂ ਸਾਡਾ ਮਿੱਤਰ ਆ, ਬਿਲਕੁਲ ਅਸੀਂ ਵਿੱਥ ਨਹੀਂ ਬਣਾਈ ਬੈਠੇ ਵੀ ਰੱਬ ਨੂੰ, ਹਾਂ ਅਸੀਂ ਵਿੱਥ ਬਣਾਈ ਹੋਈ ਹੈ, ਵਿੱਥ ਬਣਾਈ ਆ, ਬਹੁਤ ਅੱਛਾ ਪੁਆਇੰਟ ਹੈ, ਸਾਡੇ ਸਾਡੇ ਅੰਦਰਾਂ ਚ ਆ ਉਹ, ਸਾਰਿਆਂ ਦੇ ਅੰਦਰ ਹੈ, ਲੱਭਦੇ ਆ ਆਪਣੇ ਕਿੱਥੇ ਹੋਰ ਹੈ। ਸਾਡੇ ਘਰੇ ਨੀ ਰੱਖਿਆ ਹੋਇਆ ਡੋਗੀ, ਗਲੀ ਦੀ ਨਾ ਇੱਕ ਕੁੱਤੀ ਆ, ਜਦ ਮੇਰੇ ਪੋਤੇ ਆਏ ਸੀ ਉਦੋਂ ਉਹ ਲਾ ਗਏ ਉਹਨੂੰ, ਤੇ ਮੈਂ ਉਹ ਬੱਚਿਆਂ ਤੋਂ ਵੀ ਛੋਟਿਆਂ ਤੋਂ ਇੰਨਾ ਸਿੱਖਿਆ ਆਪਦੇ ਛੋਟੇ ਪੋਤੇ ਤੋਂ, ਵਿਚਾਰੇ ਕੁਛ ਤਾਂ ਬਾਹਰਲੇ ਬੱਚੇ ਉਵੇਂ ਬਾਹਲੇ ਸੌਖੇ ਜਿਹੇ ਹੁੰਦੇ ਵੀ ਇਹ ਉਹਨੂੰ ਕਿੰਨਾ ਪਿਆਰ ਕਰੀ ਜਾਂਦਾ, ਤੇ ਐਨ ਵੀ ਜਾਣ ਬੁੱਝ ਕੇ ਕਈ ਵਾਰੀ ਅਸੀਂ ਕਰਦੇ ਵੀ ਚੱਲ ਕੁੱਤਿਆ ਚੱਲ ਬਾਹਰ, ਓਪਰੇ ਕੁੱਤੇ ਨੂੰ, ਓਪਰੇ ਕੁੱਤੇ ਨੂੰ, ਤੇ ਮੈਂ ਨਾ ਉਦੋਂ ਤੋਂ ਜਦੋਂ ਦੇ ਉਹ ਇੱਥੋਂ ਮਿਲ ਕੇ ਗਏ ਆ ਬੇਟੇ, ਉਹ ਕੁੱਤੀ ਰੋਜ਼ ਆਉਂਦੀ ਹੈ, ਉਹਨੂੰ ਰੋਜ਼ ਮੈਂ ਦੁੱਧ ਪਾਉਂਦੀ ਹਾਂ, ਕਈ ਵਾਰੀ ਮੈਂ ਕਾਲੀ ਨਾ ਨਿਕਲਦੀ ਹਾਂ ਜੇ ਘਰੇ ਦੁੱਧ ਨਹੀਂ ਵੀ ਨਾ ਉਸ ਟਾਈਮ, ਤੇ ਉਹ ਬੈਠੀ ਹੈ ਮੇਰੇ ਅੰਦਰੋਂ ਇੱਕ ਹੂਕ ਉੱਠੀ ਜਾਊ ਵੀ ਕਦੋਂ ਤੇਰੇ ਅੰਕਲ ਆਉਣ ਤੇ ਦੁੱਧ ਲੈ ਕੇ ਆਈਏ ਇਹਨੂੰ ਪਾਉਣਾ, ਕਿਉਂਕਿ ਉਹਦੇ ਵਿੱਚੋਂ ਉਹਦੇ ਉਹ ਜਦੋਂ ਅੱਖਾਂ ਨਾਲ ਤੁਹਾਨੂੰ ਐਂ ਦੇਖਦੀ ਨਾ ਉਹਦੇ ਵਿੱਚੋਂ ਮੈਨੂੰ ਪਤਾ ਹੀ ਨੀ ਕੀ ਕੀ ਲੱਭਦਾ। ਹੋਰ ਫਿਰ ਰੱਬ ਦੇ ਨੇੜੇ ਕਿਵੇਂ ਹੋ ਸਕਦੇ ਆ, ਮਤਲਬ ਇਹੀ ਗੱਲ ਇਹੀ ਤੁਸੀਂ ਕਰੀਏ ਵੀ ਹੈ ਤਾਂ ਉਹ ਕਣ ਕਣ ਚ, ਫਿਰ ਹੋਰ ਰੱਬ ਤੋਂ ਕਿਸੇ ਨੂੰ ਦਿਖਦਾ ਤਾਂ ਹੈ ਨੀ, ਨਾ ਮਿਲਿਆ ਕੋਈ ਕਿਸੇ ਨੂੰ, ਮੈਨੂੰ ਦਿਖਾ ਦੇਵੇ ਕਿ ਕੌਣ ਮਿਲਿਆ ਆ, ਇਹ ਸਾਡੇ ਚ ਹੀ ਹੈ, ਸਾਡੇ ਚ ਪੰਛੀਆਂ ਨੇਚਰ ਹੈ ਤਾਂ ਇਹ ਬਹੁਤ ਕੁਛ, ਪਰ ਬੰਦਾ ਇਹ ਜਿਹਾ ਢੀਠ ਹੈ ਇਹ ਅਸੀਂ ਬਸ ਹੋਰ ਹੀ ਪਤਾ ਨੀ ਕਿੱਥੇ ਲੱਭੀ ਜਾਂਦੇ। ਬਿਲਕੁਲ ਬਿਲਕੁਲ, ਕਿੰਨੀਆਂ ਕਰੋਪੀਆਂ ਹੁੰਦੀਆਂ ਨੇ ਉਦੋਂ ਸਾਨੂੰ ਲੱਗਦਾ ਪਤਾ ਨੀ, ਕਈ ਵਾਰੀ ਤਾਂ ਏਦਾਂ ਵੀ ਮੈਂ ਸੁਣ ਚ ਆਇਆ ਹਨਾ ਮੰਦਰ ਗੁਰਦੁਆਰਿਆਂ ਦੇ ਵਿੱਚ ਵੀ ਇਹ ਚੀਜ਼ਾਂ ਹੋਈਆਂ ਨੇ, ਮੈਨੂੰ ਬਹੁਤ ਚੰਗਾ ਲੱਗਿਆ ਮੈਨੂੰ ਗੱਲਾਂ ਬਾਤਾਂ ਕਰਕੇ। ਸੋ ਦੋਸਤੋ 13 ਤਰੀਕ ਨੂੰ ਬਹੁਤ ਕਮਾਲ ਦੀ ਫਿਲਮ ਰਿਲੀਜ਼ ਹੋਣ ਵਾਲੀ ਆ, ਉਹ ਫਿਲਮ ਜਿਹੜੀ ਸਾਨੂੰ ਜ਼ਿੰਦਗੀ ਜਿਉਣਾ ਸਿਖਾ ਦੂਗੀ। ਇੱਕ ਵਾਰੀ ਇਸ ਫਿਲਮ ਨੂੰ ਜ਼ਰੂਰ ਵੇਖਿਓ, ਇੱਕ ਵਾਰੀ ਵੇਖ ਲਈ ਫਿਰ ਤੁਸੀਂ ਦੁਬਾਰਾ ਆਪਣੇ ਆਪ ਵੇਖੋਗੇ ਆਪਣੇ ਬੱਚਿਆਂ ਨਾਲ ਆਪਣੇ ਯਾਰਾਂ ਦੋਸਤਾਂ ਨਾਲ, ਕਿ ਬੰਦਾ ਪਤਾ ਨਹੀਂ ਕਿੰਨੇ ਵਾਰੀ ਵੇਖੂਗਾ। ਮੈਂ ਤਾਂ ਹੀ ਕਿਹਾ ਵੀ ਇੱਕ ਵਾਰੀ ਵੇਖੋ ਫਿਰ ਤੁਹਾਡਾ ਆਪਣੇ ਆਪ ਮਨ ਬਣ ਜਾਣਾ, ਆਪਣੇ ਆਪ ਦੇਖੋਗੇ, ਬਸ ਇੱਕ ਵਾਰੀ ਜ਼ਰੂਰ ਦੇਖਿਓ, ਇੱਕ ਵਾਰੀ ਜ਼ਰੂਰ ਵੇਖਿਓ। 13 ਸਤੰਬਰ ਨੂੰ ਕਿਹੜੀ ਫਿਲਮ ਹੈ? ਅਰਦਾਸ ਸਰਬੱਤ ਦੇ ਭਲੇ ਦੀ। ਬਿਲਕੁਲ, ਥੈਂਕ ਯੂ ਜੀ।